ਐ ਤੇ ਬਾਲਾ ਹੀ ਵੱਡਾ ਲੱਗਦਾ ਪਿਆ ਹਨਾ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਆਪਾਂ ਆ ਇਟਲੀ ਦੇ ਇੱਕ ਲੇਕ ਦੇ ਗੇੜਾ ਕੱਢਣ ਹੋਏ। ਸ਼ਾਮ ਦਾ ਟਾਈਮ ਹੈ, ਮਾਹੌਲ ਤੁਸੀਂ ਚੈੱਕ ਕਰੋ। ਬੱਚੇ ਸਾਡੇ ਨਾਲ, ਮੋਗਮ ਸਿੰਘ ਸਾਡੇ ਨਾਲ ਹੈ ਤੇ ਉਹਦਾ ਬਰਥਡੇ। ਉੱਪਰ ਝੁੰਡਾ ਲੈਣਾ ਬੇਟੇ? ਬੇਟੇ ਨੈਕਸਟ ਟਾਈਮ ਆਪਾਂ ਜਾਵਾਂਗੇ, ਅਤੇ ਅੱਜ ਸਾਡੇ ਕੋਲ ਥੋੜ੍ਹਾ ਟਾਈਮ ਹੈਗਾ ਸੀ, ਅਸੀਂ ਗੇੜਾ ਕੱਢਣ ਆਏ ਲੇਕ 'ਤੇ, ਬੱਚੇ ਫੈਮਿਲੀ ਸਾਰੇ ਨਾਲ ਆ। ਅਤੇ ਤੁਹਾਨੂੰ ਰੌਣਕਾਂ ਚੈੱਕ ਕਰਾਉਣੀ ਹੈ ਇੱਥੇ, ਸ਼ਾਮਾਂ ਦੀਆਂ ਰੌਣਕਾਂ ਕਿਵੇਂ ਦੀਆਂ, ਵਾਈਬ ਕਿਵੇਂ ਦੀ ਹੁੰਦੀ ਹੈ। ਅਤੇ ਆ ਗੇੜਾ ਕਢਾਵਾਂਗੇ, ਉਸ ਤੋਂ ਪਹਿਲਾਂ ਤੁਹਾਨੂੰ ਇਹ ਜਹਾਜ਼ ਦਿਖਾਉਂਦੇ ਪਿਆ। ਦੇਖੋ ਕਿੱਡਾ ਸੋਹਣਾ ਲੱਗਦਾ ਪਿਆ। ਹੈਗੀ ਲੇਕ, ਇਟਲੀ ਦੀ ਸਭ ਤੋਂ ਵੱਡੀ ਲੇਕ, ਜਿਹਦਾ ਨਾਮ ਹੈ ਲੇਕ ਗਾਰਦਾ, ਜਿਹੜੀ ਕਿ ਇਟਲੀ ਦੇ 3 ਜ਼ਿਲ੍ਹਿਆਂ ਦੇ ਵਿੱਚ ਲੱਗਦੀ, ਜਾ ਕੇ ਵੇਰੋਨਾ, ਬਰੇਸ਼ੀਆ, ਤਰੈਂਤੋ 3 ਜ਼ਿਲ੍ਹਿਆਂ ਨੂੰ ਮੇਲ ਕਰਦੀ ਹੈ, ਮੇਲ ਵਿੱਚ ਪੈਂਦੀ ਹੈ। ਬਹੁਤ ਵੱਡੀ ਲੇਕ ਹੈ, 150 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ। ਅਤੇ ਇੱਥੋਂ ਅੰਦਾਜ਼ਾ ਲਾ ਲਓ, ਇਹ ਹੋਰ ਪਰਮੀਸ ਹੈ ਨਾਲ ਜਿਹਦੇ ਆਪਾਂ ਨੂੰ ਪਹਾੜ ਨਜ਼ਰ ਆਉਂਦੇ ਪਏ ਨੇ। ਅਤੇ ਅੱਜ ਫਿਰ ਤੁਹਾਨੂੰ ਆ ਪਹਿਲਾਂ ਇਹ ਸੀਨ ਦਿਖਾਇਆ, ਅਤੇ ਨਾਲ ਤੁਹਾਨੂੰ ਫਿਰ ਆਪਣੇ ਨਾਲ ਸੈਂਟਰ ਘੁਮਾਉਂਦੇ ਸ਼ਹਿਰ ਦਾ। ਚੱਲੀਏ, ਅਤੇ ਅਵਲੀਨ ਸਾਡੀ ਨੂੰ ਪਹਿਲਾਂ ਹੀ ਕਹਿੰਦਾ ਭੁੱਖ ਲੱਗ ਗਈ ਹੈ ਅਤੇ ਮੈਨੂੰ ਨਾਲ ਲੈ ਕੇ ਚੱਲੋ, ਜਿਹਦਾ ਬਰਥਡੇ ਵੇ, ਅਤੇ ਇਹ ਕਹਿੰਦਾ ਮੈਨੂੰ ਵਧਾਈਆਂ ਦੇਣੀ ਹੋਣੀ ਸ਼ੁਰੂ ਕਰ ਦਿਉ। ਸੋ ਜਹਾਜ਼ ਦੇ ਵਿੱਚ ਕਹਿਣ ਦਾ ਜ਼ਿਆਦਾ ਸਬਜ਼ੀ, ਕਹਿੰਦੀ ਕਿ ਇਹ ਵਿੱਚ ਟੇਬਲ ਲੱਗੇ ਨੇ, ਕੁਰਸੀਆਂ ਲੱਗੀਆਂ, ਅਤੇ ਖਾਂਦੀ ਪੀਂਦੇ ਵੀ ਪਏ ਨੇ ਲੋਕ। ਅੰਦਰ ਜਾਣਾ ਬੇਟੇ? ਜਾਵਾਂਗੇ ਤੈਨੂੰ, ਲੈ ਪ੍ਰੋਮਿਸ ਕਰਦਾ ਪਾਪਾ ਨੇ, ਇੱਕ ਦਿਨ ਲੈ ਕੇ ਜਾਵਾਂਗਾ, ਠੀਕ ਹੈ? ਇੱਧਰ ਦੇਖ, ਪ੍ਰੋਮਿਸ ਕਰਦਾ ਪਾਪਾ ਨੇ, ਠੀਕ ਹੈ? ਅੱਛਾ, ਆ ਫਿਰ ਇਹਦੇ ਪਤਾ ਲਿਖਿਆ ਹੋਇਆ ਕਿੱਧਰੋਂ ਆਇਆ ਕਿੱਧਰੋਂ ਜਾ ਰਿਹਾ। ਪਿਸਕੇਰਾ ਪਿੰਡ ਪੈਂਦਾ ਇੱਕ ਲੇਕ ਦੇ ਦੂਜੇ ਕੰਢੇ 'ਤੇ, ਉੱਥੋਂ ਉੱਥੇ ਲੈ ਕੇ ਜਾ ਰਿਹਾ। ਪ੍ਰੋਬੇਬਲ ਮੈਂ ਤਾਂ ਵਾਲੀ ਸਾਈਡ ਤੋਂ ਇੱਧਰੋਂ ਆਉਂਦਾ ਦੇਖਿਆ ਆਪਾਂ, ਅਤੇ ਉੱਤਰ ਰਹੇ ਨੇ ਸਵਾਰੀਆਂ ਸਾਈਕਲਾਂ ਲੈ ਕੇ, ਕਿ ਆਪਾਂ ਸਾਈਕਲਾਂ ਲੈ ਕੇ ਪਰਲੇ ਪਾਸੇ ਵੀ ਜਾ ਸਕਦੇ ਹਾਂ ਲੇਕ 'ਤੇ, ਵੀ ਸਾਈਕਲ 'ਤੇ ਗੇੜਾ ਕੱਢਣ ਵਾਲਾ ਲੇਕ ਦਾ ਸੋਹਣਾ ਤੁਸੀਂ ਆਨੰਦ ਮਾਣ ਦਿਓ। ਹੁਣ ਇਹ ਤੁਹਾਨੂੰ ਜਹਾਜ਼ ਬਹੁਤ ਜ਼ਿਆਦਾ ਦਿਖਾਤਾ, ਹੁਣ ਤੁਹਾਨੂੰ ਅੱਗੇ ਗਲੀਆਂ ਗੁਲੀਆਂ ਦਿਖਾਉਂਦੇ ਇੱਥੇ ਦੀਆਂ। ਬੱਤਕ ਰਹਿ ਗਈ ਮਾੜੀ ਜਿਹੀ ਵੀ ਦਿਖਾਈ ਦੀ ਹੈ, ਜਿਹੜੀ ਪਾਣੀ 'ਚ ਤੈਰਦੀ ਪਈ। ਉਹ ਇੱਧਰ ਤਾਂ ਕਿੰਨੀਆਂ ਹੀ ਨੇ, ਹੈਨਾ? ਹੁਣ ਹੋ ਗਏ ਆਪਾਂ ਪਿੰਡ ਦੇ ਵਿੱਚ ਲੱਗੇ ਹੋਏ ਮੇਲੇ ਵੱਲ ਨੂੰ, ਅਤੇ ਇੱਥੇ ਤੁਹਾਨੂੰ ਇਹ ਦਿਖਾਉਣੀਆਂ ਦੁਕਾਨਾਂ ਵੀ ਕਿਵੇਂ ਇਹਨਾਂ ਨੇ ਸਜਾਈਆਂ ਸਜੂਈਆਂ ਹੈਗੀਆਂ। ਸ਼ਹਿਦ ਦਾ ਸਮਾਨ, ਕਈ ਤਰ੍ਹਾਂ ਦਾ ਸ਼ਹਿਦ ਬਣਾਉਂਦੇ ਨੇ, ਆਪਾਂ ਤਾਂ ਇਕੱਲੇ ਵੀ ਮੱਖੀਆਂ ਦਾ ਸ਼ਹਿਦ ਬਣਾਉਂਦੇ ਹਾਂ, ਪਰ ਇਹ ਹੋਰ ਵੀ ਕਈ ਤਰ੍ਹਾਂ ਦਾ ਟਾਈਪ ਦਾ ਸ਼ਹਿਦ ਬਣਾ ਲੈਂਦੇ ਨੇ। ਅਤੇ ਉਸ ਤੋਂ ਇਲਾਵਾ ਜੈਮ ਵੀ ਹੈਗਾ ਇਹਨਾਂ ਕੋਲ, ਵੀ ਕਈ ਤਰ੍ਹਾਂ ਦਾ ਜੈਮ ਹੈ, ਹਰ ਫਰੂਟ ਦਾ ਜੈਮ ਹੈਗਾ ਇਹਨਾਂ ਕੋਲ। ਅਤੇ ਇੱਥੇ ਵੀ ਜ਼ਿਆਦਾ ਚੈਰੀ ਦਾ ਜੈਮ ਚੱਲਦਾ, ਅਤੇ ਉਸ ਤੋਂ ਇਲਾਵਾ ਇੱਕ ਦੋ ਫਰੂਟ ਹੈਗੇ ਨੇ ਹੋਰ, ਨਾਂ ਨਹੀਂ ਯਾਦ ਆਏਗੇ, ਪਰ ਉਹਨਾਂ ਦਾ ਜੈਮ ਵੀ ਚੱਲਦਾ। ਅਤੇ ਫਿਰ ਉਸ ਤੋਂ ਬਾਅਦ ਇੱਥੇ ਲੱਗੀ ਹੋਈ ਹੈ ਚੀਜ਼ ਦੀ ਦੁਕਾਨ, ਇਹਨਾਂ ਕੋਲ ਚੀਜ਼ ਆਪਾਂ ਬਾਏ ਕਰ ਸਕਦੇ ਹਾਂ, ਖੁਸ਼ਬੂ ਇੱਥੇ ਤੱਕ ਆਉਂਦੀ ਪਈ ਹੈ। ਕੁਛ ਕੁ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਇਹਨਾਂ ਦੀਆਂ, ਜਿਨ੍ਹਾਂ ਦਾ ਫਲੇਵਰ ਅਤੇ ਖੁਸ਼ਬੂ ਹੈ ਦੇਸੀ ਘਿਓ ਨਾਲ ਮੇਲ ਖਾਂਦੀ ਹੈ। ਅਤੇ ਇੱਧਰਲੇ ਪਾਸੇ ਹੈਗੀ ਹੁਣ ਬਿਸਕੁਟਾਂ ਦੀ ਦੁਕਾਨ, ਤਰ੍ਹਾਂ ਤਰ੍ਹਾਂ ਦੇ ਬਿਸਕੁਟ ਲੱਗੇ ਨੇ, ਵਿੱਚ ਕਈ ਤਰ੍ਹਾਂ ਦੇ ਅੱਗੇ ਵੀ ਸਮਾਨ ਮੱਤਾ ਪਾਇਆ ਹੁੰਦਾ, ਅਤੇ ਨਾਲ ਥੋੜ੍ਹਾ ਬਹੁਤਾ ਫਰੂਟ ਜੈਮ ਜਿਹਾ ਉੱਪਰ ਟੋਪਿੰਗ ਕੀਤੀ ਹੁੰਦੀ ਇਹਨਾਂ ਦੀ, ਸਵਾਦ ਹੁੰਦੇ ਨੇ ਵੀ ਉਹਨਾਂ ਦੀ ਆ ਲੱਗੀ ਦੁਕਾਨ। ਇੱਧਰ ਫਿਰ ਆਪਾਂ ਦੇਖਦੇ ਪਿਆ ਆ ਜੈਮ ਲੱਗਾ ਹੋਇਆ, ਜੈਮ ਨਹੀਂ ਸੋਰੀ ਸ਼ਹਿਦ, ਸ਼ਹਿਦ ਲੱਗਾ ਕਈ ਤਰ੍ਹਾਂ ਦਾ ਇਹਨਾਂ ਕੋਲ। ਇੱਥੇ ਆਪਾਂ ਟੇਸਟ ਵੀ ਕਰ ਸਕਦੇ ਹਾਂ, ਜਿਹੜੀਆਂ ਕੁੱਪੀਆਂ ਜਿਹੀਆਂ ਦੇਖਦੇ ਆਪਾਂ ਲੱਗੇ ਹਾਂ, ਇਹ ਟੈਸਟ ਵਾਲੀਆਂ ਨੇ, ਇਹਨਾਂ 'ਤੇ ਆਪਾਂ ਟੇਸਟ ਕਰ ਸਕਦੇ ਹਾਂ। ਕਈ ਤਰ੍ਹਾਂ ਦੇ ਫੁੱਲਾਂ ਦੇ ਹਿਸਾਬ ਨਾਲ ਦੇਖਦੇ ਪਏ, ਇਹਨਾਂ ਦਾ ਸਾਰਿਆਂ ਦੇ ਟੇਸਟ 'ਚ ਫਰਕ ਹੈਗਾ, ਜਿਵੇਂ ਆਪਾਂ ਗੱਲ ਕਰਦੇ ਪਏ ਜੀ, ਵੀ ਕਈ ਫਲੇਵਰਾਂ ਦਾ ਹੁੰਦਾ ਇਹਨਾਂ ਦਾ, ਜਿਹੜਾ ਸ਼ਹਿਦ ਹੁੰਦਾ ਵੱਖਰੇ ਵੱਖਰੇ ਸਵਾਦਾਂ ਜਾਂਦਾ। ਅਤੇ ਇੱਦਾਂ ਹੀ ਕਈ ਸਾਰੇ ਅੱਗੇ ਇੱਦਾਂ ਹੀ ਦੁਕਾਨਾਂ ਲੱਗੀਆਂ ਹੋਈਆਂ ਇਹਨਾਂ ਦੀਆਂ ਵੱਖਰੇ ਵੱਖਰੇ ਪ੍ਰੋਡਕਟ ਵਾਲੀਆਂ, ਅਤੇ ਚੈੱਕ ਕਰੋ ਵਾਈਬ। ਬਲੂ ਹਾਵਰ ਬੋਲਦੇ ਨੇ ਵੀ, ਜਿਵੇਂ ਜਦੋਂ ਸ਼ਾਮ ਸੂਰਜ ਜਿਹਾ ਡੁੱਬਦਾ, ਥੋੜ੍ਹੀ ਥੋੜ੍ਹੀ ਜਿਹੜੀ ਰੋਸ਼ਨੀ ਬਚਦੀ ਹੈ, ਅਤੇ ਉਹਦੇ 'ਚ ਵੀ ਜਿਹੜਾ ਬੱਦਲ ਦੇਖੋ ਆਪਾਂ ਦੇਖਦੇ ਪਿਆ ਕਿੰਨੇ ਸੋਹਣੇ ਚਮਕਦੇ ਪਏ ਨੇ, ਅਤੇ ਮਾਹੌਲ ਬਹੁਤ ਸੋਹਣਾ, ਲਾਈਟਾਂ ਲੁੱਟਾਂ ਬਲਦੀਆਂ ਪਈਆਂ, ਇੱਦਾਂ ਦਾ ਇਨਵਾਇਰਮੈਂਟ ਹੈਗਾ। ਅਤੇ ਲੇਕ ਦੇ ਵਾਲੇ ਪਾਸੇ ਫਿਰ ਬਾਰ ਰੈਸਟੋਰੈਂਟ ਬਣੇ ਹੋਏ ਨੇ, ਅਤੇ ਇੱਥੇ ਵੀ ਲੋਕ ਖਾਣ ਪੀਣ ਵਾਸਤੇ ਰੁਕੇ ਹੋਏ ਨੇ। ਲਓ ਜੀ, ਅਵਲੀਨ ਸਾਡੀ ਕਹਿੰਦੀ ਵੀ ਇੱਥੇ ਇੱਕ ਇਹਨਾਂ ਨੇ ਸਟਰਕਚਰ ਜਿਹਾ ਵੀ ਰੱਖਿਆ ਹੋਇਆ, ਅਤੇ ਆਵਾਜ਼ਾਂ ਮਾਰਦੀ ਵੀ ਮੈਨੂੰ, ਐ ਕਿ ਨੱਕ ਝੱਤ ਪਾਈ ਜਾਂਦਾ ਉਹਦੀ, ਨਾ ਕਰ ਸੀਂਡ ਆ ਜਾ ਨਹੀਂ ਬਾਹਰ ਉਹਦੀ, ਆ ਜਾ। ਅਤੇ ਅੱਜ ਫਿਰ ਜਿਵੇਂ ਵਾਲੇ ਆਪਾਂ ਦੇਖਦੇ ਸਾਰੀਆਂ ਦੁਕਾਨਾਂ ਲੱਗੀਆਂ, ਪਰ ਅਕਸਰ ਇਹ ਦੁਕਾਨਾਂ ਨਹੀਂ ਹੁੰਦੀਆਂ ਹੈਗੀਆਂ, ਅੱਜ ਹੀ ਲੱਗੀਆਂ ਹੋਈਆਂ। ਅਤੇ ਇਹ ਜਿਹੜੇ ਇੱਥੇ ਜਿਹੜਾ ਰੈਸਟੋਰੈਂਟ ਵਾਲੇ ਇੱਧਰਲੇ ਪਾਸੇ ਨੇ, ਇਹ ਜਦੋਂ ਬੈਠ ਕੇ ਖਾਂਦੇ ਨੇ ਬੜਾ ਸੋਹਣਾ ਸਨਸੈੱਟ ਦੇਖਦੇ ਨੇ। ਅਤੇ ਇੱਧਰ ਫਿਰ ਹੁਣ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ ਖਾਸ, ਆਹ ਬਿਸਕੁਟ ਜੇ ਬੜੇ ਫੇਮਸ ਹੈਗੇ ਨੇ, ਫਰਾਂਸ ਦੇ ਨੇ ਬੇਸਿਕਲੀ, ਹੈ ਮਕਰੋਨਸ ਕਰਕੇ ਇਹਨਾਂ ਨੂੰ ਬੋਲਦੇ ਨੇ, ਵੱਖਰੇ ਵੱਖਰੇ
फ्लेवर च होंगे ने आप हम टेस्ट करने कि टेस्ट इन्हों का दसने फिर किमें लगे फ्रांस जो आप टेस्ट किए हुए आप ज़्यादा स्वाद लगे थी इतने फिर चॉकलेट भी लगी हुई है कई तरह की facciamo una decina come vengono come unietto o pacchetto può partire da 16 no è troppo 12 va bene 3 pistacchio un paio di pistacchio poi vediamo poi lampone apri il giusto mango cocco Creiamo un po' tutto, dai. Va bene, a posto mirtillo, anche mirtillo. Caramello? Caramello anche, dai. A posto? Perfetto. A te me la. Tu a fa barabis lì, ne ne Quanto devo pagare? 24. 24 euro. Era de bar, ne dove ero da capisci. Grazie, sai, grazie. नहीं शोकेस चलाने चलाने पुत्र खाने नहीं बनते है सो इतने आप 24 कैरो दिते ने 24 कैरो इंडिया के हिसाब से अपना किन्ने बन जाएगा नौ दिन 18 24 23 सौ रुपया बन जाता है बहुत ज्यादा महंगे ने फ्रांस आप ले 6 यूरो 200 ग्राम मिले थे कि मैं उस हिसाब से ले मैं 10 यूरो ले लेंगे पर ज्यादा ही लाए गए ने चलो कोई गल नहीं एक्सपीरियंस हो गया अगर बाकी पता इतने आगे यह चीज़ नहीं लेनी है इटली च देखते मैंने बेटे इन्होंने लैके थोड़ी देर घुमाओ पता लगे ये ले ने उच्चे जे करके दिखाओ पता तो लगे हाँ गाइस भी चेक करो कि सोहना लगती भी लाइट इतों कंट्रास्ट बहुत ही ज़्यादा सोहना जहा बनता पै रंग खट्टा पीला जहा सोहना लगता पै तो इतने लो जी है इन्होंने पूछने इतने बैठ के खाने ओके गाइस खोल नहीं भुख लगी कदों की साड़ी ठहर बेटे खो के खिलारी ना दो 24 यारों खोल है ते इन्नी महंगी चीज सोने दे भाई एक तरह का खोल है 2 यारों डिग एक डिग तो सीधे ही 200 रुपया डिगना है इंडिया के हिसाब न सभी तू कड़ा लिया है एक मैंगो भी है खा के देख बेटे स्वाद ने स्वाद है अपनी ना है मौकम तेरा वाला स्वाद है की पर आया चा फ्रूट है दिखाई केड़ा मैंगो वाला केड़ा है आला मैंगो वाला लग रहा है आ आ है आला खा के देखिए ये भी स्वाद नहीं भी जिवें फ्रांस मिले वो ज़्यादा स्वादली फ्रैश नहीं लगते भी ओके पर ठीक है हम तो कहने में 24 यार किवें दा ठीक है ओके गाइस खाना पीना हड़ा हो चुका है भी हूँ सानू आराम है हूँ अं आराम ना घूमेंगे तो फिर शायद आ गया गाइस बार बार शायद दिखाई देना तुम्हें कहना पर शायद वाले यार इन्होंने ज़्यादा आइटमां लाई हैं शायद ज जैम वाली तो बाकी आइटमां जीडियाँ घट नज़र आदि पे मॉल एकदम घंटे चिल प्रोग्राम है इतने खाण पीन मिले तो होर भी ज़्यादा मजे आन हूँ आप लजीजे पिंड दियाँ गलियां का तुम माहौल चेक कराने पे हूँ बिल्डिंगा बुल्डिंगा देख सकते हैं इस टाइम शाम दिन रौनक लगी हैं बैठिया ये जनता कंपनी के अपने ड्रिंक्स वगैरह इंजॉय करती पी हैं सारा समान हैगा इतने कपड़े कुपड़े का शॉपिंग करनी हो लोकल आर्टीजन वाले बोलते हैं हैंडक्राफ्ट का समान भी हैगा
ਘੜੀਆਂ ਕੁੜੀਆਂ ਇੱਥੇ ਦੀਆਂ ਫੇਮਸ ਹੈਗੀਆਂ ਨੇ ਸਾਰਾ ਹੱਥ ਦਾ ਬਣਤਰ ਦਾ ਸਮਾਨ ਹੈ ਆਹ ਬੈਗ ਦੇਖ ਕੇ ਤਾਂ ਆਪਾਂ ਨੂੰ ਇੰਡੀਆ ਯਾਦ ਆ ਜਾਂਦਾ ਅਤੇ ਆਈਸਕ੍ਰੀਮ ਇਟਲੀ ਦੀ ਬਹੁਤ ਮਸ਼ਹੂਰ ਹੈ ਅਤੇ ਆਪਾਂ ਅਕਸਰ ਆਈਸਕ੍ਰੀਮ ਖਾਂਦੇ ਹੁੰਦੇ ਹਾਂ ਜਦਵਾਉਂਦੇ ਹੁੰਦੇ ਹਾਂ ਗਰਮੀਆਂ ਦੇ ਵਿੱਚ 2 ਯੂਰੋ ਦੇ ਵਿੱਚ ਤੁਹਾਨੂੰ ਇੱਕ ਕੋਨ ਮਿਲ ਜਾਂਦੀ ਆਈਸਕ੍ਰੀਮ ਦੀ ਬਾਹਲੀ ਮਹਿੰਗੀ ਨਹੀਂ ਹੈਗੀ ਠੀਕ ਹੈ ਅਤੇ ਜੁੱਤੀਆਂ ਜੱਤੀਆਂ ਲੱਗੀਆਂ ਜੇ ਤੁਸੀਂ ਇੱਧਰ ਨੂੰ ਆਓ ਸ਼ੋਪਿੰਗ ਕਰਨੀ ਹੋਏ ਅਤੇ ਸਮਾਨ ਵੀ ਮਿਲ ਜਾਂਦਾ ਤੁਹਾਨੂੰ ਘੁੰਮ ਫਿਰ ਕੇ ਲਓ ਅਤੇ ਥੋੜ੍ਹਾ ਸਸਤਾ ਮਿਲ ਜਾਂਦਾ ਅਤੇ ਜੇ ਆਪਾਂ ਰੁਕੇ ਰਹਾਂਗੇ ਵੀ ਇੱਕ ਜਗ੍ਹਾ 'ਤੇ ਖੜ੍ਹ ਜਾਂਗੇ ਤਾਂ ਆਪਾਂ ਨੂੰ ਹੋ ਸਕਦਾ ਮਹਿੰਗਾ ਮਿਲੇ ਇੱਥੋਂ ਦੇ ਇਨਵਾਇਰਮੈਂਟ ਨੇ ਬੜੇ ਹੀ ਸੋਹਣੇ ਗਰੀਨਰੀ ਆਰਟ ਹੈਂਡਮੇਡ ਅਤੇ ਨੈਚੁਰਲ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਆਪਾਂ ਨੂੰ ਇੱਥੇ ਦੇਖਣ ਨੂੰ ਮਿਲੇਗਾ ਆਹ ਦੇਖੋ ਕਾਲੇ ਬੂਟੇ ਵੱਟ ਜੇ ਫੁੱਲ ਫਲ ਜੇ ਕਿੱਥੇ ਕਿੱਥੇ ਤੱਕ ਟੰਗੇ ਨੇ ਇਹਨਾਂ ਨੇ ਭਾਵੇਂ ਕਿਸੇ ਦਾ ਧਿਆਨ ਵੀ ਨਾ ਜਾਏ ਪਰ ਫਿਰ ਵੀ ਲਾਏ ਨੇ ਬਹੁਤ ਸੋਹਣਾ ਮਾਹੌਲ ਇੱਥੇ ਦਾ ਅਤੇ ਅੱਜ ਅਸੀਂ ਇੱਥੇ ਆਏ ਸੀ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਂਦੇ ਹਾਂ ਇੱਥੇ ਦੀਆਂ ਰੌਣਕਾਂ ਅਤੇ ਇਹ ਬੀਬੀ ਕਾਫੀ ਟਾਈਮ ਤੋਂ ਇੱਥੇ ਮੈਂ ਦੇਖਦਾ ਹੁੰਦਾ ਜਦੋਂ ਆਉਂਦੀ ਹੈ ਵੀ ਇਹ ਦਰਜੀ ਦਾ ਕੰਮ ਕਰਦੀ ਇੱਕ ਤਰ੍ਹਾਂ ਦਾ ਵੀ ਜਿਵੇਂ ਦਾ ਤੁਸੀਂ ਚਾਹੋ ਇਹਦੇ ਕੋਲ ਡਿਜ਼ਾਇਨ ਪਵਾ ਸਕਦੇ ਹੋ ਇੱਦਾਂ ਦੇ ਲਿਖਦੇ ਕਿ ਤੁਹਾਡੇ ਨਾਮ ਹੀ ਲਿਖ ਕੇ ਲਿਜਾਣੇ ਹੁਣ ਤੁਸੀਂ ਸਾਰਾ ਕੰਮ ਕਰਦੀ ਹੈ ਬਹੁਤ ਚੰਗੀ ਬੀਬੀ ਬੁਰਾਈ ਬੁਰੀ ਤਾਂ ਐਂ ਨਹੀਂ ਚੰਗੀ ਕਹੀਦਾ ਆਪਾਂ ਕਿਉਂਕਿ ਉੱਦਾਂ ਬੁਰਾਈ ਨਹੀਂ ਕਰੀਦੀ ਹੈਗੀ ਕਿਸੇ ਦੀ ਉਹ ਗੁੱਡੀ ਅਸੀਂ ਖੜ੍ਹ ਕੇ ਇੱਥੇ ਬੱਤਖਾਂ ਨੂੰ ਦਾਣੇ ਪਾਰੀਏ ਖਾਣ ਨੂੰ ਪਾਰੀਏ ਆਹ ਮਾਹੌਲ ਚੈੱਕ ਕਰੋ ਇਸ ਟਾਈਮ ਇੱਥੇ ਦਾ ਕਿੰਨਾ ਸੋਹਣਾ ਲੱਗਦਾ ਇੱਥੇ ਖੁੱਲ੍ਹੀ ਜਿਹੀ ਸਕੁਏਅਰ ਹੈਗਾ ਫਿਰ ਇੱਕ ਲੇਕ ਤੋਂ ਜਿਵੇਂ ਕਿਹਾ ਹਿੱਸਾ ਕੱਟ ਕੇ ਪਾਣੀ ਦੀ ਕਨਾਲ ਜੀ ਬਣਾਈ ਹੈ ਛੋਟੀ ਜੀ ਅਤੇ ਉਹਦੇ ਨਾਲ ਜੋੜੇ ਆ ਜਿਸ 'ਚ ਕਿਸ਼ਤੀਆਂ ਕੁਸ਼ਤੀਆਂ ਕਿੰਨੀਆਂ ਖੜੀਆਂ ਆਪਾਂ ਦੇਖਦੇ ਪਿਆ ਉਹ ਸਾਈਡ 'ਤੇ ਚਰਚ ਹੈਗੀ ਇੱਕ ਛੋਟੀ ਜੀ ਅਤੇ ਨਾਲ ਇੱਥੇ ਇੱਧਰ ਵੀ ਰੈਸਟੋਰੈਂਟ ਹੈਗੇ ਨੇ ਸੋ ਬਹੁਤ ਸੋਹਣਾ ਪਿੰਡ ਹੈ ਇਟਲੀ ਦਾ ਉਮੀਦ ਕਰਨਾ ਤੁਹਾਨੂੰ ਵਧੀਆ ਲੱਗਾ ਹੋਏਗਾ ਅਤੇ ਵੀਡੀਓ ਦੀ ਛੋਟੀ ਜਿਹੀ ਇਹੀ ਕੋਸ਼ਿਸ਼ ਸੀ ਤੁਹਾਨੂੰ ਵੀ ਵੀਡੀਓ ਦੇ ਵਿੱਚ ਦਿਖਾਈਏ ਕਮਾਈਏ ਅਤੇ ਦੱਸੀਏ ਇਟਲੀ ਦਾ ਮਾਹੌਲ ਕਿਵੇਂ ਦਾ ਹੁੰਦਾ ਸ਼ਾਮਾਂ ਨੂੰ ਇੱਥੇ ਜੇ ਘੁੰਮਣ ਆਉਣਾ ਹੋਇਆ ਆਪਾਂ ਵੀਡੀਓ ਜੇ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ